ਸਤਿ ਸ੍ਰੀ ਅਕਾਲ ਦੋਸਤੋ, ਮੈਂ ਯੁੱਧਵੀਰ ਸਿੰਘ ਇੱਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸੱਭਿਆਚਾਰਕ ਸੱਥ ਦੇ ਪ੍ਰਧਾਨ ਸ਼੍ਰੀ ਜਸਮੇਰ ਸਿੰਘ ਜੀ ਢੱਟ ਦੇ ਨਾਲ, ਜੋ ਕਿ ਇੰਨੇ ਦਿਨਾਂ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਹਨ ਅਤੇ ਬਹੁਤ ਹੀ ਬਾਕਮਾਲ ਇਹਨਾਂ ਨੇ ਪ੍ਰੋਗਰਾਮ ਇੱਥੇ ਦਿੱਤਾ ਹੈ ਆਪਣਾ ਮਿਸ ਆਸਟ੍ਰੇਲੀਆ ਪੰਜਾਬਨ 2012 ਦਾ। ਸੋ ਇਹਨਾਂ ਨਾਲ ਜ਼ਿਆਦਾ ਗੱਲਾਂ ਕਰਦੇ ਹਾਂ ਅਤੇ ਪਤਾ ਕਰਦੇ ਹਾਂ ਦੋਸਤੋ ਇਹਨਾਂ ਦੇ ਹੋਰ ਅੱਗੇ ਆਉਣ ਵਾਲੇ ਕੀ ਮਨਸੂਬੇ ਹਨ ਅਤੇ ਇਹਨਾਂ ਨੇ ਆਪਣਾ ਲਾਈਫ ਦੇ ਵਿੱਚ ਹੋਰ ਕੀ ਕੁਛ ਸੋਚਿਆ ਪੰਜਾਬੀ ਸੱਭਿਆਚਾਰ ਦੇ ਲਈ ਕਰਨ ਵਾਸਤੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੁਧਵੀਰ ਜੀ, ਔਰ ਸਾਰੇ ਹੀ ਜੋ ਸਰੋਤੇ ਔਰ ਦਰਸ਼ਕ ਇਹ ਪ੍ਰੋਗਰਾਮ ਵੇਖ ਰਹੇ ਨੇ, ਉਹਨਾਂ ਨੂੰ ਮੇਰੇ ਵੱਲੋਂ ਯਾਨੀ ਜਸਮੇਰ ਸਿੰਘ ਢੱਟ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ। ਕਿਵੇਂ ਲੱਗਿਆ ਜੀ ਸਟੱਡੀ ਆ ਕੇ ਤੁਹਾਨੂੰ? ਬਹੁਤ ਹੀ ਵਧੀਆ ਲੱਗਿਆ। ਜਦੋਂ ਵੀ ਵਿਦੇਸ਼ਾਂ ਵਿੱਚ ਜਾਈਦਾ ਔਰ ਉੱਥੇ ਵੇਖੀਦਾ ਕਿ ਉੱਥੋਂ ਦੇ ਵਸਦੇ ਪੰਜਾਬੀਆਂ ਨੇ ਆਪਣੇ ਪੰਜਾਬੀ ਬੋਲੀ ਨੂੰ, ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਬਹੁਤ ਬਖੂਬੀ ਸਾਂਭ ਕੇ ਰੱਖਿਆ ਹੋਇਆ ਅਤੇ ਮਨ ਨੂੰ ਤਸੱਲੀ ਹੁੰਦੀ ਹੈ। ਤੇ ਜਿਹੜਾ ਇਹ ਮਿਸ ਵਿਸ ਪੰਜਾਬਣ ਦਾ ਆਪਾਂ ਕਹਿੰਦੇ ਆ ਪ੍ਰੋਗਰਾਮ ਆਪਾਂ ਕਰਵਾ ਰਹੇ ਤੁਸੀਂ 1992 ਤੋਂ, ਸੋ ਤੁਹਾਡੇ ਦਿਮਾਗ ਦੇ ਵਿੱਚ ਇਹ ਵਿਚਾਰ ਕਿਸ ਤਰੀਕੇ ਨਾਲ ਆਇਆ, ਕਿਉਂਕਿ ਇਹ ਇੱਕ ਬਿਲਕੁਲ ਹੀ ਨਵੇਕਲਾ ਉਪਰਾਲਾ ਸੀ ਜੋ ਪੰਜਾਬ ਦੇ ਵਿੱਚ ਇੱਕਦਮ ਲਾਂਚ ਹੋਇਆ? ਹਾਂ ਜੁਧਵੀਰ ਜੀ, ਇਸ ਤਰ੍ਹਾਂ ਜੇ ਆਪਾਂ ਦੇਖਿਆ ਜਾਵੇ ਤੇ ਕੁਦਰਤ ਨੇ ਦੁਨੀਆ ਸਾਜੀ ਹੈ ਜੀ, ਤੇ ਸਭ ਕੁਛ ਹੀ ਪੌਦੇ ਤੋਂ ਲੈ ਕੇ ਹਰ ਇੱਕ ਚੀਜ਼, ਪਾਣੀ, ਹਵਾ, ਇਹ ਸਾਰਾ ਕੁਦਰਤ ਨੇ ਬਣਾਇਆ ਹੈ। ਔਰ ਮੈਂ ਸਮਝਦਾ ਕੁਦਰਤੀ ਜੋ ਸਭ ਤੋਂ ਵਧੀਆ ਕ੍ਰੀਏਸ਼ਨ ਹੈ ਉਹ ਇਨਸਾਨ ਹੈ ਜੀ, ਔਰ ਇਨਸਾਨ ਦੀ ਵਿੱਚੋਂ ਵੀ ਜੇ ਸਭ ਤੋਂ ਵਧੀਆ ਕਹੀਏ, ਸਭ ਤੋਂ ਟੌਪ ਦੀ ਕ੍ਰੀਏਸ਼ਨ ਹੈਗੀ ਹੈ ਤਾਂ ਕਲਾਕ੍ਰਿਤੀ ਹੈ, ਤੇ ਉਹ ਹੈ ਔਰਤ ਜੀ। ਔਰਤ ਹਮੇਸ਼ਾ ਮੁੜ ਤੋਂ ਹੀ ਆਪਣੇ ਆਪ ਨੂੰ ਇੱਕ ਦੂਸਰੀ ਔਰਤ ਤੋਂ ਖੂਬਸੂਰਤ ਦਿਸਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ, ਦਿਖਾਉਂਦੀ ਹੈ ਵੀ ਮੈਂ ਉਹ ਤੋਂ ਸੋਹਣੀ, ਮੈਂ ਉਹ ਤੋਂ ਸੋਹਣੀ ਹਾਂ, ਉਹ ਹਰ ਤਰੀਕੇ ਨਾਲ ਆਪਣੇ ਆਪ ਨੂੰ ਉਹ ਇੱਕ ਸੋਹਣੀ ਦੀਦੀ ਹੈ ਜੀ। ਔਰ ਮਰਦ ਨੇ ਔਰਤ ਦੀ ਇਸ ਕਮਜ਼ੋਰੀ ਦਾ ਲਾਭ ਉਠਾਇਆ। ਅੱਛਾ ਜੀ। ਤੇ ਉਹਨਾਂ ਨੇ ਇਹ ਔਰਤਾਂ ਦੇ ਵਿੱਚ ਖੂਬਸੂਰਤੀ ਦੇ ਮੁਕਾਬਲੇ ਸ਼ੁਰੂ ਕੀਤੇ ਜੀ, ਇਹ ਸਦੀਆਂ ਤੋਂ ਚੱਲਦੇ ਆਏ ਮੁਕਾਬਲੇ ਜੀ, ਠੀਕ ਹੈ ਨਾ ਜੀ। ਔਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਨੀਆਂ ਦੇ ਵਿੱਚ ਤਕਰੀਬਨ 1200 ਤੋਂ ਵੱਧ ਜੀ ਬਿਊਟੀ ਕੰਟੈਸਟ ਹੁੰਦੇ ਆ, ਜਿਨ੍ਹਾਂ ਦਾ ਤਕਰੀਬਨ ਸਾਰਾ ਦਾ ਜੋ ਕ੍ਰਾਈਟੇਰੀਆ ਉਹ ਆਪਸ ਵਿੱਚ ਮਿਲਦਾ। ਉੱਥੇ ਔਰਤ ਦੇ ਜਿਸਮ ਦੀ ਨਮਾਇਸ਼ ਲਾਈ ਜਾਂਦੀ ਹੈ, ਉਹਨੂੰ ਘੱਟ ਤੋਂ ਘੱਟ ਕੱਪੜਿਆਂ 'ਚ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਜੀ। ਮੇਰੀ ਜਿਹੜੀ ਆਪਣੀ ਸੋਚ ਸੀ ਉਹ ਹੁਣ ਵੀ ਹੈ ਕਿ ਔਰਤ ਦੀ ਅਸਲ ਖੂਬਸੂਰਤੀ ਉਹਦੇ ਕੱਜੇ ਹੋਣ ਵਿੱਚ ਹੈ, ਨਾ ਕਿ ਉਹਦੇ ਇੰਗੇਜ ਵਿੱਚ ਹੈ। ਜਿੰਨੀ ਔਰਤ ਕੱਜੀ ਹੋਏਗੀ ਉਹਨੇ ਜ਼ਿਆਦਾ ਖੂਬਸੂਰਤ ਲੱਗੇਗੀ। ਸੋ ਮੇਰੇ ਇਸ ਵਿਚਾਰ ਨੇ ਹੀ ਜਿਹੜੇ ਮਿਸ ਪੰਜਾਬ ਨੂੰ ਮੁਕਾਬਲਿਆਂ ਨੂੰ ਜਨਮ ਦਿੱਤਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਜਿਹੜੇ ਬਾਹਰ ਦੇ ਜਿਹੜੇ ਸ਼ੁਰੂ ਹੋਏ ਪ੍ਰੋਗਰਾਮ ਜਿਵੇਂ ਕੈਨੇਡਾ, ਅਮਰੀਕਾ ਦੇ ਵਿੱਚ, ਤੁਹਾਨੂੰ ਇਹ ਕੁਝ ਆਪਣਾ ਖਿਆਲ ਆਇਆ ਜਾਂ ਤੁਹਾਨੂੰ ਕਿਸੇ ਨੂੰ ਸੁਝਾਅ ਦਿੱਤਾ ਕਿ ਤੁਸੀਂ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਵਿੱਚ ਵੀ ਜਾ ਕੇ ਕੁੜੀਆਂ ਨੂੰ ਸੱਭਿਆਚਾਰ ਦੇ ਨਾਲ ਜੋੜੋ, ਜਾਂ ਜਿਵੇਂ ਹੁਣ ਇੱਥੇ ਆਪਾਂ ਪ੍ਰੋਗਰਾਮ ਤੁਸੀਂ ਕਰਵਾਇਆ ਕਿ ਉਹਦੇ ਵਿੱਚ ਵੀ ਕੁੜੀਆਂ ਜਿਹੜੀਆਂ ਇੱਧਰ ਦੀਆਂ ਬੋਰਨ ਆਪਣੀਆਂ ਕੁੜੀਆਂ ਨੇ ਹਿੱਸਾ ਲਿਆ, ਉਹਨਾਂ ਨੂੰ ਕੁਝ ਸਵਾਲ ਪੁੱਛੇ ਗਏ ਜਿਹੜੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਸੀ, ਤੇ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਇੱਕ ਤੁਸੀਂ ਇਹ ਇੱਕ ਤਰੀਕੇ ਨਾਲ ਕੁੜੀਆਂ ਨੂੰ ਸਿਖਾਇਆ ਜਾ ਰਿਹਾ ਸੱਭਿਆਚਾਰ ਬਾਰੇ ਜਿਨ੍ਹਾਂ ਨੂੰ ਇੱਥੇ ਪਤਾ ਨਹੀਂ ਇਹਨਾਂ ਚੀਜ਼ਾਂ ਬਾਰੇ, ਤੁਸੀਂ ਇਹਨਾਂ ਕਿਵੇਂ ਲੈ ਕੇ ਚੱਲਦੇ ਇਹਨਾਂ ਚੀਜ਼ਾਂ ਨੂੰ? ਅਸੀਂ ਖੁਦ ਕਿਸੇ ਕੰਟਰੀਆਂ ਦੇ ਵਿੱਚ ਚੱਲ ਕੇ ਨਹੀਂ ਗਏ ਜੀ, ਜਿਹੜਾ ਸਾਡਾ 1992 'ਚ 93 'ਚ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਜੀ, ਤੇ ਸੱਚ ਜਾਣੋ ਸਾਨੂੰ ਨਹੀਂ ਸੀ ਪਤਾ ਕਿ ਕਿਸੇ ਦਿਨ ਅੰਤਰਰਾਸ਼ਟਰੀ ਪੱਧਰ ਤੇ ਐਡਾ ਮਕਬੂਲ ਪੰਜਾਬੀ ਦਾ ਸਭ ਤੋਂ ਵਧੀਆ ਖੂਬਸੂਰਤ ਸੱਭਿਆਚਾਰਕ ਇਹ ਪ੍ਰੋਗਰਾਮ ਬਣ ਜਾਵੇਗਾ ਜੀ। ਹੌਲੀ ਹੌਲੀ ਮਿਸ ਪੰਜਾਬ ਨੂੰ ਮੁਕਾਬਲੇ ਪਹਿਲਾਂ ਲੁਧਿਆਣੇ ਤੋਂ ਪੰਜਾਬ ਲੈਵਲ ਤੇ, ਫਿਰ ਨਾਰਥ ਇੰਡੀਆ ਲੈਵਲ ਤੇ, ਔਰ ਫਿਰ ਮਤਲਬ ਕਿ ਇਹ ਵਰਲਡ ਵਿੱਚ ਹੌਲੀ ਹੌਲੀ ਫੈਲੇ ਆ। ਜਦੋਂ ਇਹ ਪ੍ਰੋਗਰਾਮ ਮਕਬੂਲ ਹੁੰਦਾ ਗਿਆ, ਬਾਅਦ ਤੋਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੇ ਇੱਛਾ ਜਤਾਈ ਵੀ ਅਸੀਂ ਵੀ ਇਹਦਾ ਹਿੱਸਾ ਬਣੀਏ। ਸਾਲ 2000 ਦੇ ਵਿੱਚ ਸ਼ਿਕਾਗੋ ਯੂਨੀਵਰਸਿਟੀ ਤੋਂ ਇੱਕ ਪੰਜਾਬੀ ਮੁਟਿਆਰ ਸੀ, ਉਹਨੇ ਜਾ ਕੇ ਹਿੱਸਾ ਲਿਆ, ਫਿਰ ਮੈਂ ਇਹਦਾ ਨਾਂ ਜਿਹੜਾ ਸੀਗਾ ਉਹ ਮਿਸ ਪੰਜਾਬਣ ਤੋਂ ਮਿਸ ਵਰਲਡ ਪੰਜਾਬਣ ਕਰ ਦਿੱਤਾ। 2005 ਦੇ ਵਿੱਚ ਜਿਹੜੇ ਆਸਟ੍ਰੇਲੀਆ ਦੇ ਪੰਜਾਬੀ ਨੇ ਕੇਨਜ ਵਿੱਚ, ਕੁਈਨਜ਼ਲੈਂਡ ਦੇ ਵਿੱਚ, ਮਿਸਟਰ ਮਾਵੀ, ਤੇ ਉਹਨਾਂ ਨੇ ਸਾਨੂੰ ਉੱਥੋਂ ਇਨਵਾਈਟ ਕੀਤਾ ਮਿਸ ਵਰਲਡ ਪੰਜਾਬਣ ਨੂੰ, ਤੇ ਮੈਨੂੰ ਇਨਵਾਈਟ ਕੀਤਾ ਤੇ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਸਾਡਾ ਇੱਥੇ ਆਨਰਸ ਕੀਤਾ, ਫੰਕਸ਼ਨ ਕੀਤੇ। ਮੈਂ ਸਿਡਨੀ ਵੀ ਆਇਆ 2005 ਦੇ ਵਿੱਚ, ਮੇਰੇ ਨਾਲ ਮਿਸ ਵਰਲਡ ਪੰਜਾਬਣ 2004 ਤੇ ਇੱਕ ਰਨਰ ਅਪ ਸੀ। ਜਦੋਂ ਅਸੀਂ ਇੱਥੇ ਆਏ ਤੇ ਇੱਥੇ ਦੇ ਪੰਜਾਬੀ ਜਿਹੜੇ ਸੀਗੇ ਉਹ ਉਹਨਾਂ ਨੇ ਸਾਨੂੰ ਆਫਰ ਕੀਤੀ ਕਿ ਵੀ ਤੁਸੀਂ ਇਹ ਪ੍ਰੋਗਰਾਮ ਇੱਥੇ ਵੀ ਕਰਵਾਓ। ਸੋ 2006 ਦੇ ਵਿੱਚ ਪਹਿਲਾ ਮੁਕਾਬਲਾ ਜਿਹੜਾ ਸੀ ਉਹ ਆਸਟ੍ਰੇਲੀਆ ਦੇ ਵਿੱਚ ਮਿਸ ਪੰਜਾਬਣ ਹੋਇਆ, ਜਿਹਦੇ ਜਪਜੀ ਖਹਿਰਾ ਬਣੀ। 2006 'ਚ ਫਿਰ ਕੈਨੇਡਾ ਦੇ ਵਿੱਚ ਹੋਇਆ, 2008 USA ਤੋਂ ਸ਼ੁਰੂ ਹੋਇਆ। ਸੋ ਇਹ ਜਿਉਂ ਜਿਉਂ ਪ੍ਰੋਗਰਾਮ ਫੈਲਦਾ ਗਿਆ ਤਿਉਂ ਤਿਉਂ ਜਿਹੜੇ ਪੰਜਾਬੀ ਸੀ ਉਹ ਇਹਨੂੰ ਪਸੰਦ ਕਰਦੇ ਗਏ, ਪੰਜਾਬੀ ਇਹਦੇ ਨਾਲ ਜੁੜਦੇ ਗਏ, ਤੇ ਜਿਹੜੀਆਂ ਸਾਡੀਆਂ ਧੀਆਂ ਬਾਹਰ ਰਹਿੰਦੀਆਂ ਨੇ, ਸਾਡੀਆਂ ਛੋਟੀਆਂ ਭੈਣਾਂ ਬਾਹਰ ਰਹਿੰਦੀਆਂ ਨੇ, ਉਹਨਾਂ ਦੇ ਮਨ ਵਿੱਚ ਇੱਛਾ ਵੀ ਹੋਈ ਅਸੀਂ ਵੀ ਇਸ ਪੰਜਾਬ ਨੂੰ ਟਕਸਾ ਇਹਨਾਂ ਨਾਲ ਗੱਲਾਂ ਕਰਾਂਗੇ ਕਿ ਦੇਖੋ ਫੁੱਲਾਂ ਦੇ ਨਾਲ ਜਿਵੇਂ ਕੰਡੇ ਹੁੰਦੇ ਹਨ, ਸੋ ਆਪਾਂ ਨੂੰ ਵੀ ਕਈ ਵਾਰ ਵਾਦ ਵਿਵਾਦ ਦਾ
ਝੱਲਣਾ ਪਿਆ ਜੀ। ਕਈ ਵਾਰੀ ਅਖਬਾਰਾਂ 'ਚ ਖਬਰ ਲੱਗਦੀ ਹੈ ਕਿ ਸਾਡੇ ਕੁੜੀਆਂ ਕਹਿੰਦੀਆਂ ਸਾਡੇ ਨਾਲ ਧੱਕਾ ਹੋਇਆ, ਜਾਂ ਉਸ ਕੁੜੀ ਨਾਲ ਸੈਟਿੰਗ ਸੀ, ਜਾਂ ਕੁਝ ਲੋਕ ਹੀ ਕਹਿ ਦਿੰਦੇ ਹਨ ਕਿ ਪ੍ਰੋਗਰਾਮ ਮਤਲਬ ਇਹ ਜਾਇਜ਼ ਨਹੀਂ ਹੈ ਪੰਜਾਬੀ ਸੱਭਿਆਚਾਰ ਦੇ ਵਿੱਚ ਕਿ ਇੱਕ ਪੰਜਾਬੀ ਮੁਟਿਆਰ ਤਾਂ ਸਟੇਜ ਉੱਤੇ ਆ ਕੇ ਨੱਚਣਾ। ਸੋ ਤੁਸੀਂ ਇਹਨਾਂ ਗੱਲਾਂ ਨੂੰ ਕਿਵੇਂ ਲੈ ਕੇ ਚੱਲਦੇ ਹੋ ਅਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹਨਾਂ ਜਿਨ੍ਹਾਂ ਦੇ ਇਸ ਬਾਰੇ ਵਿਚਾਰ ਹਨ ਕਿ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ? ਦੇਖੋ, ਦੋ ਤੁਹਾਡੇ ਸਵਾਲ ਨੇ। ਇੱਕ ਤਾਂ ਹੈ ਵੀ ਜਿਹੜੀਆਂ ਵੀ ਇਹਦੇ ਉੱਪਰ ਵੀ ਫੈਸਲੇ ਬਾਰੇ ਆ, ਬਿਲਕੁਲ ਮੈਂ ਤੁਹਾਡੇ ਉਹਦੇ ਮੈਂ ਤੁਹਾਨੂੰ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਲਗਾਤਾਰ 20 ਸਾਲ ਤੋਂ ਮੁਕਾਬਲਾ ਚੱਲ ਰਿਹਾ ਔਰ ਇਹਦੇ ਲਈ ਇੱਕ ਰੂਲ ਰੈਗੂਲੇਸ਼ਨ ਬੈਠ ਕੇ ਬਣਾਏ ਹੋਏ ਨੇ, ਜਿਨ੍ਹਾਂ ਦੇ ਵਿੱਚ ਸਾਡੇ ਨਾਲ ਬਹੁਤ ਸਾਰੀਆਂ ਜਿਹੜੇ ਪੰਜਾਬੀ ਵਿਦਵਾਨ ਨੇ, ਬੁੱਧੀਜੀਵੀ ਨੇ, ਸਾਹਿਤਕਾਰ ਨੇ ਜੁੜੇ ਹੋਏ ਨੇ। ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਸਾਹਿਤ ਅਕੈਡਮੀ ਦੇ, ਉਹ ਪ੍ਰੋਫੈਸਰ ਗੁਰਭਜਨ ਗਿੱਲ ਸਾਡੇ ਪਹਿਲਾਂ ਸਲਾਹਕਾਰ ਸੀ, ਅੱਜ ਕੱਲ੍ਹ ਸਾਡੇ ਪੈਟਰਨ ਹੈਗੇ ਆ। ਸੁਰਜੀਤ ਪਾਤਰ ਜੀ ਸਾਡੇ ਨਾਲ ਮੁੜ ਤੋਂ ਜੁੜੇ ਹੋਏ ਨੇ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਤਲਬ ਕਿ ਰਿਜ਼ਲਟ, ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਰਿਜ਼ਲਟ ਬਾਰੇ ਮੈਂ ਤੈਨੂੰ ਗੱਲ ਦੱਸ ਦਿੰਦਾ। ਜਿਵੇਂ ਸਪੋਜ਼ ਕਰੋ ਜਪਜੀ ਖਹਿਰਾ ਹੈ, ਜਪਜੀ ਖਹਿਰਾ ਮਿਸ ਵਰਲਡ ਪੰਜਾਬ ਬਣੀ ਹੈ, ਪਹਿਲਾਂ ਮਿਸ ਆਸਟ੍ਰੇਲੀਆ ਬਣੀ ਸੀ, ਉਹ ਮਿਸ ਵਰਲਡ ਪੰਜਾਬ ਬਣ ਗਈ। ਹੁਣ ਉਹ ਜਦੋਂ ਮਿਸ ਵਰਲਡ ਪੰਜਾਬ ਬਣੀ ਹੈ, ਉਸ ਤੋਂ ਬਾਅਦ ਮਨਮੋਹਨ ਭਾਜੀ ਹਰਭਜਨ ਮਾਨ ਜੀ ਮੇਰੇ ਘਰ ਆ ਕੇ ਉਸ ਲੜਕੀ ਨੂੰ ਸਾਈਨ ਕਰਦੇ ਆ। ਬਹੁਤ ਉਹ ਜੋ ਸਾਈਨ ਕਰਦੇ ਆ ਤੇ ਉਹ ਸਿਰਫ ਮਿਸ ਵਰਲਡ ਪੰਜਾਬ ਕਰਕੇ ਨਹੀਂ ਸਾਈਨ ਕਰਦੇ, ਉਹਨਾਂ ਨੇ ਉਹਦੇ ਕੋਲ 2.5-3 ਕਰੋੜ ਰੁਪਈਆ ਲਾਉਣਾ ਫਿਲਮ ਤੇ, ਉਸੇ ਫੈਸ ਕਰੀ ਜਿੱਤਣਗੇ ਕਿਉਂਕਿ ਉਹਦੇ ਚ ਕੁਆਲਿਟੀ ਹੈ। ਬਾਕੀ ਜਿਹੜੀ ਹੋਰ ਪੀੜੀਆਂ ਨੇ ਉਹ ਕਿਉਂ, ਉਹਨਾਂ ਨੂੰ ਕਿਉਂ ਨਹੀਂ ਫਿਲਮ ਮਿਲ ਗਈ? ਸੋ ਕੋਈ ਵੀ ਜਿੰਨੇ ਵੀ ਸਾਡੇ ਜੱਜਸ ਹੁੰਦੇ ਨੇ, ਜਿਵੇਂ ਹਰਭਜਨ ਮਾਨ ਜੀ ਜੱਜ ਰਹੇ ਆ, ਗੁਰਭਜਨ ਗਿੱਲ ਜੀ ਜੱਜ ਰਹੇ ਆ, ਹੁਣ ਜਿਹੜਾ ਇੱਥੇ ਮਿਸ ਆਸਟ੍ਰੇਲੀਆ ਕਰਿਆ, ਇਹਦੇ 'ਚ ਪੰਜਾਬੀ ਸੱਭਿਆਚਾਰ, ਸਾਹਿਤ, ਰੰਗਮੰਚ, ਰੇਡੀਓ, ਟੀਵੀ ਦੇ ਬਹੁਤ ਵੱਡੇ ਵਿਦਵਾਨ ਡਾਕਟਰ ਸਤੀਸ਼ ਵਰਮਾ ਜੀ ਹੋਏ ਜੱਜ। ਸੋ ਇਸ ਲੈਵਲ ਦੇ ਵੱਡੇ ਜੱਜ ਹੁੰਦੇ ਨੇ ਤੇ ਉਹ ਇਹੋ ਜਿਹੀ ਕਦੇ ਵੀ ਗੱਲ ਨਹੀਂ ਕਰਨਗੇ ਕਿ ਉਹ ਕਿਸੇ ਲੜਕੀ ਦੀ ਹੇਰਾ ਫੇਰੀ ਕਰਨ ਜਾਂ ਕਿਸੇ ਨੂੰ ਰਿਆਇਤ ਕਰਨ। ਅਮੂਮਨ ਜਿਹੜੀਆਂ ਲੜਕੀ ਕਦੇ ਵੀ ਅੱਜ ਤੱਕ ਜਿੱਤੀ ਹੋਈ ਲੜਕੀ ਨੇ ਇਤਰਾਜ਼ ਨਹੀਂ ਕੀਤਾ। ਸੋ ਹਾਰਨ ਵਾਲੀਆਂ ਲੜਕੀਆਂ ਕਦੇ ਕਦੇ ਉਹਨਾਂ ਨੂੰ ਸ਼ੰਕਾ ਹੁੰਦੀਆਂ ਨੇ, ਉਹ ਇਤਰਾਜ਼ ਕਰਦੀਆਂ, ਉਹ ਤਾਂ ਹਮੇਸ਼ਾ ਹੁੰਦਾ ਆ, ਠੀਕ ਹੈ ਨਾ, ਕਦੇ ਵੀ। ਪਰ ਆਡੀਅੰਸ ਸਾਡੀਆਂ ਵੀਡੀਓਜ਼ ਯੂਟਿਊਬ ਤੇ ਨੇ, ਉਹਦੇ ਡੀਵੀਡੀਜ਼ ਬਾਜ਼ਾਰ ਚੋਂ ਮਿਲਦੀਆਂ ਨੇ, ਤੁਸੀਂ ਕਦੇ ਵੀ ਕੋਈ 5 ਬੰਦੇ ਬੈਠ ਕੇ ਉਹਨੂੰ ਦੇਖ ਲੈਣ ਜਿਨ੍ਹਾਂ ਨੇ ਪ੍ਰੋਗਰਾਮ ਨਹੀਂ ਦੇਖਿਆ, ਜੋ ਰਿਜ਼ਲਟ ਹੁੰਦਾ ਉਹ ਉਸ ਨੂੰ ਅਕਸੈਪਟ ਕਰਨਗੇ ਕਿ ਜੱਜ ਦਾ ਫੈਸਲਾ ਸਹੀ ਹੈ, ਠੀਕ ਹੈ ਨਾ। ਤੁਸੀਂ ਆਹ ਫੈਸਲਾ ਵੀ ਦੇਖਿਆ, ਤੁਸੀਂ ਖੁਦ ਦੇਖਦੇ ਆ, ਮੀਡੀਆ ਵੀ ਦੇਖਦਾ। ਸੋ ਏਦਾਂ ਦੀਆਂ ਜਿਹੜੇ ਜਿਹੜੀ ਲੜਕੀਆਂ ਹਾਰ ਜਾਂਦੀਆਂ ਨੇ, ਉਹਨਾਂ ਕਈ ਵਾਰੀ ਟਿਕਟ ਆਪਣਾ ਹੁੰਦੀਆਂ ਨੇ, ਆਮ ਆ ਇਹ ਸਾਰੇ ਇੱਕ ਜਗ੍ਹਾ ਨਹੀਂ ਹੁੰਦਾ, ਤੁਸੀਂ ਕਿਤੇ ਵੀ ਮੁਕਾਬਲੇ ਹੋਣ, ਭੰਗੜੇ ਦੇ ਹੋਣ, ਗਿੱਧੇ ਦੇ ਹੋਣ, ਚਾਹੇ ਮਿਸ ਯੂਨੀਵਰਸ ਜਾਂ ਮਿਸ ਵਰਲਡ ਜਾਊਗੀ ਜਾਂ ਮਿਸ ਇੰਡੀਆ ਵੀ, ਉੱਥੇ ਵੀ ਥੋੜ੍ਹਾ ਬਹੁਤਾ ਇਹੋ ਜਿਹਾ ਜੋ ਹਾਰਨ ਵਾਲੇ ਬੱਚੇ ਨੇ ਉਹ ਓਬਜੈਕਸ਼ਨ ਉਠਾਉਂਦੇ ਨੇ, ਉਹ ਕੋਈ ਨੋਰਮਲ ਗੱਲ ਹੈ। ਤੇ ਜਿਹੜੇ ਲੋਕ ਵਿਵਾਦ ਕਰਦੇ, ਹਾਂਜੀ ਉਹ ਮੈਂ ਦੱਸਣਾ ਚਾਹੁੰਦਾ, ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕਰਨ ਵਾਲੇ ਘੱਟੋ ਘੱਟ 2.5-3 ਕਰੋੜ ਨੇ ਲੋਕ ਨੇ, ਪੰਜਾਬੀ ਨੇ, ਜਿਹੜੇ ਹੱਡ ਹੱਡ ਕੰਟਰੀ ਵਸਦੇ ਆ, ਹਜ਼ਾਰਾਂ ਲੱਖਾਂ ਈਮੇਲ ਆਉਂਦੀਆਂ ਨੇ। ਲੇਕਿਨ ਇਸ ਦੀ ਆਲੋਚਨਾ ਕਰਨ ਵਾਲੇ ਮੇਰਾ ਖਿਆਲ ਬਹੁਤ ਸੈਂਕੜੇ ਨੇ, ਉਹ ਵੀ ਉਹ ਲੋਕ ਨੇ ਜਿਨ੍ਹਾਂ ਨੇ ਅੱਜ ਤੱਕ ਇਸ ਪ੍ਰੋਗਰਾਮ ਕਦੇ ਨਾ ਦੇਖਿਆ, ਲਾਈਵ ਦੇਖਿਆ, ਨਾ ਉਹਨਾਂ ਟੀਵੀ ਦੇਖਿਆ। ਹੁਣ ਮੈਂ ਉਹ ਆਪਣੀ ਜਗ੍ਹਾ ਸਹੀ ਨੇ, ਕਿਉਂਕਿ ਜੇ ਅਸੀਂ ਵੇਖੀਏ ਵੀ ਇੱਕ ਸੁੰਦਰਤਾ ਮੁਕਾਬਲੇ ਦੇਖੀਏ ਤੇ ਇਹ ਮਿਸ ਵਰਲਡ ਪੰਜਾਬ ਜਿਹੜਾ ਹੈਗਾ ਜਾਂ ਮਿਸ ਆਸਟ੍ਰੇਲੀਆ ਪੰਜਾਬ, ਇਹ ਵੀ ਉਹਨਾਂ ਮੁਕਾਬਲਿਆਂ ਵਰਗਾ ਲੱਗਦਾ, ਨਾ ਤਾਂ ਲੱਗਦਾ ਨਾ ਲੱਗਦਾ। ਲੇਕਿਨ ਇਸ ਮੁਕਾਬਲੇ ਦਾ ਤੇ ਦੂਜੇ ਮੁਕਾਬਲਿਆਂ ਦਾ ਜ਼ਮੀਨ ਸਮਾਨ ਦਾ ਫਰਕ ਹੈ, ਇਹ ਤਸਵੀਰ ਦਾ ਇੱਕ ਪਾਸਾ, ਇਹ ਤਸਵੀਰ ਦਾ ਉਸ ਪੱਖ। ਜਿੱਥੇ ਸਾਰੇ ਦੁਨੀਆਂ ਦੇ ਮੁਕਾਬਲਿਆਂ ਵਿੱਚ ਔਰਤ ਨੂੰ ਬਿਲਕੁਲ ਨਗੇਜ ਅਵਸਥਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਸ ਦੇ ਬਿਲਕੁਲ ਉਲਟ ਸਾਡੇ ਇਸ ਮੁਕਾਬਲੇ ਵਿੱਚ ਸਾਡੀਆਂ ਬੇਟੀਆਂ ਭੈਣਾਂ ਨੂੰ ਸਿਰ ਤੋਂ ਪੈਰਾਂ ਤੱਕ ਕੱਜੇ ਨੂੰ ਪੇਸ਼ ਕੀਤਾ ਜਾਂਦਾ ਹੈ। ਜਿੱਥੇ ਸਾਰੇ ਮੁਕਾਬਲਿਆਂ ਵਿੱਚ ਕੈਟਵਾਕ, ਸਵਿਮਿੰਗ ਸੂਟ ਜਿਹਦੇ ਮੁਕਾਬਲੇ ਇੱਦਾਂ ਦੇ ਹੁੰਦੇ ਆ, ਉੱਥੇ ਇਸ ਸਾਡੇ ਮੁਕਾਬਲੇ ਦੇ ਵਿੱਚ ਕੋਈ ਸਵਿਮਿੰਗ ਸੂਟ ਨਹੀਂ ਹੁੰਦੀ, ਕੋਈ ਕੈਟਵਾਕ ਨਹੀਂ ਹੁੰਦੀ, ਬਲਕਿ ਇੱਥੇ ਪੰਜਾਬੀ ਜੋ ਸਾਡੀ ਸੱਭਿਆਚਾਰ ਹੈ, ਸਾਡਾ ਵਿਸ ਹੈ, ਉਸ ਦੇ ਜਿਹੜੇ ਸੰਸਕਾਰ ਨੇ ਉਹ ਬੱਚਿਆਂ ਨੂੰ ਉਹ ਸਿਖਾਏ ਜਾਂਦੇ ਆ, ਉਹ ਪੇਸ਼ ਕੀਤੇ ਜਾਂਦੇ, ਸਾਡੀਆਂ ਵਨਗੀਆਂ, ਸਾਡੀ ਲੋਕਧਾਰਾ, ਸਾਡਾ ਲੋਕ ਨਾਚ, ਸਾਡਾ ਲੋਕ ਨਾਚ ਗਿੱਧਾ, ਸੋ ਸਾਡੇ ਹੈਰੀਟੇਜ ਨਾਲ ਪੰਜਾਬੀ ਬੋਲੇ ਸੰਬੰਧਿਤ ਕੁਐਸਚਨਸ। ਸੋ ਉਸ ਜਿਹੜੇ ਦੂਜੇ ਵੈਸਟਰਨ ਟਾਈਪ ਦੇ ਮੁਕਾਬਲੇ ਨੇ ਉਹਨਾਂ ਨੂੰ ਕਾਊਂਟਰ ਕਰਨ ਲਈ ਇੱਕ ਮੁਕਾਬਲਾ, ਉਹ ਇਹ ਮੁਕਾਬਲਾ ਉਹਨਾਂ ਨੂੰ ਕਾਊਂਟਰ ਕਿ ਸਾਡੇ ਬੱਚੇ ਉੱਧਰ ਨਾ ਜਾਣ, ਬਿਲਕੁਲ ਠੀਕ ਹੈ ਨਾ, ਕਿਉਂਕਿ ਜੇ ਸਾਡੇ ਬੱਚੇ ਦੇ ਕੋਲ ਬਰਾਬਰ ਦਾ ਮੁਕਾਬਲਾ ਹੀ ਨਹੀਂ, ਪਾਪੂਲੈਰਿਟੀ ਹਰ ਬੱਚਾ ਨੌਜਵਾਨ ਭਾਲਦਾ ਹੈ, ਤੋ ਬੱਚੇ ਦੂਜੇ ਪਾਸੇ ਜਾਣ ਕੇ ਉਸ ਜਾਣ ਤੋਂ ਕਿਵੇਂ ਰੋਕ ਸਕਦੇ ਹਾਂ? ਸੋ ਸਾਡਾ ਇਹ ਜਿਹੜਾ ਮੁਕਾਬਲਾ ਇਹ ਸਿਰਫ ਸੁੰਦਰਤਾ ਦਾ ਵੀ ਮੁਕਾਬਲਾ ਨਹੀਂ ਗਾ, ਇਹ ਲਿਆਕਤ ਦਾ ਮੁਕਾਬਲਾ ਹੈ, ਉਹਨਾਂ ਦੀ ਖੂਬਸੂਰਤੀ ਦਾ ਮੁਕਾਬਲਾ ਹੈ, ਔਰ ਇਹ ਮੁਕਾਬਲਾ ਹੈ ਕਿ ਉਹ ਆਪਣੀ ਮਿੱਟੀ ਨਾਲ, ਆਪਣੀ ਬੋਲੀ ਨਾਲ, ਆਪਣੇ ਸੱਭਿਆਚਾਰ ਨਾਲ, ਆਪਣੇ ਵਿਰਸੇ ਨਾਲ ਤੇ ਸਾਡੇ ਵੱਡਿਆਂ ਵੱਲੋਂ ਜੋ ਸਾਨੂੰ ਸੰਸਕਾਰ ਦਿੱਤੇ ਹੋਏ ਨੇ ਉਹਨਾਂ ਨਾਲ ਕਿੰਨੇ ਜੁੜੇ ਹੋਏ ਨੇ ਜੀ।
ਸੋ ਤੁਸੀਂ ਜਿਹੜੇ ਇਸ ਜਿਹੜੇ ਮੁਕਾਬਲੇ ਵਿੱਚ ਮਤਲਬ ਹੋ ਰਹੇ ਅੱਗੇ, ਇਹਨਾਂ ਨੂੰ ਤੁਸੀਂ ਹੁਣ ਕਿਤੇ ਅੱਗੇ ਵੀ ਜਾ ਰਹੇ ਹੋ 2012 ਦੇ ਵਿੱਚ ਅੱਗੇ ਕਰਨ ਜਾ ਰਹੇ ਹੋ ਮੁਕਾਬਲੇ ਆਪਣੇ? ਹਾਂਜੀ, ਜਿਹੜੇ ਇਹ ਸਾਡਾ ਮਿਸ ਵਰਲਡ ਪੰਜਾਬਣ ਮੁਕਾਬਲਾ ਕਰ ਰਿਹਾ ਹੈਗਾ, ਇਹ ਹਰ 2 ਸਾਲ ਬਾਅਦ ਅਸੀਂ ਆਯੋਜਿਤ ਕਰਦੇ ਹਾਂ। ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਸੱਭਿਆਚਾਰ ਸਭ ਪੰਜਾਬ, ਉਹ ਨੋਨ ਪ੍ਰੋਫਿਟਲ ਆਰਗੇਨਾਈਜੇਸ਼ਨ ਹੈਗੀ ਹੈ। ਇਹ ਸਾਡਾ ਕੋਈ ਵਣਜ ਵਪਾਰ ਨਹੀਂ ਹੈਗਾ, ਅਸੀਂ ਆਪਣੇ ਸਾਡੇ ਜਿਹੜੇ ਸਾਰੇ ਮੈਂਬਰਸ ਨੇ ਅਸੀਂ ਆਪਣੇ ਕੰਮ ਛੱਡ ਕੇ ਆਪਣੀਆਂ ਜਿੱਬਾਂ ਚੋਂ ਪੈਸੇ ਖਰਚ ਕਰਕੇ ਇਹ ਆਪਣੀਆਂ ਧੀਆਂ ਭੈਣਾਂ ਨੂੰ ਆਪਣੇ ਉਹਨਾਂ ਨੂੰ ਸੱਭਿਆਚਾਰ ਦੀ ਆਈਲੈਟ ਕਰਾ ਰਹੇ ਹਾਂ। ਸੱਭਿਆਚਾਰ ਦੀ ਡਾਕਟਰ ਵਰਮਾ ਜੀ ਨੂੰ ਸੱਭਿਆਚਾਰ ਦੀ ਆਈਲੈਟ ਹੈ, ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਲੜਕੀਆਂ ਜਿਹੜੀ ਸੀ ਉਹ ਅੱਡੀ ਛੜੱਪਾ ਰੋੜੇ ਗੁੱਡੀਆਂ ਪਟੋਲੇ ਇਹ ਚੀਜ਼ਾਂ ਸੀ ਜਿਨ੍ਹਾਂ ਤੋਂ ਆਪਣੇ ਸੰਸਕਾਰ ਸਿੱਖਣੀਆਂ ਸੀ। ਅਸੀਂ ਆਪਣੇ ਸੰਸਕਾਰ ਸਿਖਾ ਰਹੇ ਹਾਂ ਉਹਨਾਂ ਨੂੰ, ਆਪਣੀ ਬੋਲੀ ਨਾਲ ਜੋੜ ਰਹੇ ਹਾਂ, ਤਾਂ ਕਿ ਬੱਚੇ ਅੱਜ ਸਾਨੂੰ ਪੰਜਾਬੀ ਜਿੱਥੇ ਵੀ ਰਹਿੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਸ ਉਹ ਹੌਲੀ ਹੌਲੀ ਕਿਤੇ ਦੂਜੀਆਂ ਜਿਹੜੇ ਸੱਭਿਅਤਾ ਨੇ ਉਹਦੇ ਵਿੱਚ ਰਲ ਗੱਟ ਨਾ ਹੋ ਜਾਣ, ਆਪਣੀ ਵੱਖਰੀ ਪਹਿਚਾਣ ਬਣੀ ਰੱਖਣ, ਕਿਉਂਕਿ ਸਾਡੀ ਜੋ ਸਾਡੀ ਸੰਸਕ੍ਰਿਤੀ ਹੈ, ਸਾਡਾ ਸੰਸਕਾਰ ਨੇ, ਸਾਡਾ ਕਲਚਰ ਹੈ, ਸਾਡਾ ਵਿਹਾਰ ਹੈ, ਸਾਡਾ ਖਾਣ ਪੀਣ ਹੈ, ਉਹ ਬਿਲਕੁਲ ਅਲੱਗ ਹੈ ਔਰ ਉਹ ਬਹੁਤ ਵਧੀਆ ਸਾਡੇ ਪੁਰਖਾਂ ਨੇ ਸਾਡੇ ਵਾਸਤੇ ਚੂਜ਼ ਕੀਤਾ ਹੋਇਆ ਹੈਗਾ, ਠੀਕ ਹੈ ਨਾ। ਜੇ ਅਸੀਂ ਉਹਦੇ ਨਾਲ ਜੁੜੇ ਰਵਾਂਗੇ ਤਾਂ ਹੀ ਅਸੀਂ ਦੁਨੀਆਂ ਦੇ ਬਰਾਬਰ ਤਰੱਕੀ ਵੀ ਕਰ ਸਕਾਂਗੇ ਅਤੇ ਉਹਨਾਂ ਦਾ ਮੁਕਾਬਲਾ ਵੀ ਕਰ ਸਕਾਂਗੇ ਅਤੇ ਆਪਣੀ ਇੱਕ ਅਲੱਗ ਪਛਾਣ ਬਣਾਈ ਰੱਖਾਂਗੇ। ਜੀ, ਸਾਡਾ ਜਿਹੜਾ ਤੁਸੀਂ ਪੁੱਛ ਰਹੇ ਸੀ ਮੁਕਾਬਲਾ, ਜੋ ਇਹ ਇਸ ਸਾਲ 12ਵਾਂ ਮੁਕਾਬਲਾ ਹੈ ਜੀ, 1992 ਤੋਂ ਸ਼ੁਰੂ ਕੀਤੇ ਹੋਏ ਨੇ ਤੇ ਇਹ 12ਵਾਂ ਮੁਕਾਬਲਾ ਨਵੰਬਰ ਦੇ ਵਿੱਚ ਲਾਸਟ ਵਿੱਚ ਜਿਹੜਾ ਹੈ ਉਹ PTC ਚੈਨਲ ਪੰਜਾਬੀ ਦੇ ਸਹਿਯੋਗ ਨਾਲ ਲੁਧਿਆਣੇ 'ਚ ਹੋਏਗਾ ਤੇ ਵਿਦੇਸ਼ਾਂ ਵਿੱਚ ਜਿਹੜੀ ਮੁਕਾਬਲਿਆਂ ਦੀ ਸ਼ੁਰੂਆਤ ਹੈ ਉਹ ਅਸੀਂ ਇੱਥੋਂ ਆਸਟ੍ਰੇਲੀਆ ਤੋਂ ਕੀਤੀ ਹੈ। ਪਿਛਲੇ ਹਫ਼ਤੇ ਮੁਕਾਬਲਾ ਹੋਇਆ ਔਰ ਅਗਲਾ ਮੁਕਾਬਲਾ ਸਾਡਾ ਮਿਸ ਯੂਰਪ ਪੰਜਾਬਣ ਉਹ ਜੁਲਾਈ ਦੇ ਵਿੱਚ ਹੋਣ ਜਾ ਰਿਹਾ। ਅਗਸਤ ਦੀ 11 ਤਰੀਕ ਨੂੰ ਕੈਲੀਫੋਰਨੀਆ ਦੇ ਵਿੱਚ ਇਹ ਮੁਕਾਬਲਾ ਹੋਏਗਾ, 16 ਨੂੰ ਵੈਨਕੋਵਰ, ਉਸ ਤੋਂ ਬਾਅਦ ਟੋਰਾਂਟੋ ਔਰ ਸਭ ਤੋਂ ਖੁਸ਼ਖਬਰੀ ਇਹ ਹੈ ਕਿ ਅਸੀਂ ਇਸ ਵਾਰ ਮਿਸ ਪਾਕਿਸਤਾਨ ਪੰਜਾਬ ਦਾ ਮੁਕਾਬਲਾ ਜਿਹੜਾ ਉਹ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਬਾਤ ਹੈ ਜੀ, ਬਹੁਤ ਇੱਕ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਡਾਕਟਰ ਸਾਹਿਬ। ਸੋ ਤੁਹਾਨੂੰ ਲੋਕਾਂ ਕੋਲੋਂ ਇਸ ਤਰੀਕੇ ਨਾਲ ਮਦਦ ਮਿਲ ਜਾਂਦੀ ਹੈ ਕਿ ਤੁਹਾਨੂੰ ਜ਼ਿਆਦਾ ਇਸ ਲਈ ਕਸ਼ਟ ਜ਼ਿਆਦਾ ਕਰਨਾ ਪੈਂਦਾ ਕਿ ਲੋਕਾਂ ਕੋਲ ਜਾ ਕੇ ਤੁਹਾਨੂੰ ਮਤਲਬ ਜਿਵੇਂ ਆਪਾਂ ਕਹਿੰਦੇ ਡੋਨੇਸ਼ਨ ਹੋ ਜਾਂਦੀ ਚੰਦਾ ਹੋ ਗਿਆ ਕਿ ਤੁਹਾਨੂੰ ਇਸ ਲਈ ਹੁਣ ਜ਼ਿਆਦਾ ਉਪਰਾਲਾ ਕਰਨਾ ਪੈਂਦਾ ਕਿ ਮਤਲਬ ਲੋਕੀ ਤੁਹਾਨੂੰ ਦੇ ਦਿੰਦੇ ਆ ਕਿ ਜਦੋਂ ਤੁਸੀਂ ਅਸੀਂ ਤਾਂ ਕਈ ਵਾਰੀ ਸੋਚਦੇ ਲੋਕ ਆਪਣੇ ਆਪ ਹੀ ਸਾਡੀ ਹੈਲਪ ਕਰਦੇ ਹੈਗੇ ਆ, ਕੋਈ ਸਾਨੂੰ ਪਹਿਲਾਂ ਬਹੁਤ ਪ੍ਰੋਬਲਮਸ ਆਉਂਦੀਆਂ ਸੀਗੀਆਂ, ਲੋਕ ਹਰ ਤਰ੍ਹਾਂ ਦੇ ਸਾਨੂੰ ਬੜੇ ਈਮੇਲਸ ਆਉਂਦੇ ਨੇ, ਬੜੇ ਲੋਕ ਬਹੁਤ ਬਹੁਤ ਪਸੰਦ ਕਰਦੇ ਹੈਗੇ। ਸੋ ਉਹਨਾਂ ਦੀ ਖੁਸ਼ੀ ਜਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਈ ਵਾਰੀ ਸਾਡਾ ਮਨ ਕਰਦਾ, ਸਾਨੂੰ ਬੜੀਆਂ ਪ੍ਰੋਬਲਮਸ ਆਉਂਦੀਆਂ, ਫਾਈਨੈਂਸ਼ਲੀ ਵੀ ਹੋਰ ਪ੍ਰੋਬਲਮਸ ਆਉਂਦੀਆਂ, ਆਪਣੇ ਕੰਮ ਵੀ ਛੱਡਣੇ ਪੈਂਦੇ ਆ, ਲੇਕਿਨ ਲੋਕਾਂ ਦਾ ਪਿਆਰ, ਲੋਕਾਂ ਦਾ ਸਤਿਕਾਰ ਜੋ ਸਾਡੇ ਪ੍ਰਤੀ ਹੈ ਉਹਨੂੰ ਵੇਖ ਕੇ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਦੀਆਂ ਇਛਾਵਾਂ 'ਤੇ ਅਸੀਂ ਪੂਰੇ ਉਤਰੀਏ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਉਪਰਾਲਾ ਸਾਡਾ ਆਪਣੇ ਬੱਚੇ ਨੂੰ ਆਪਣੇ ਕਲਚਰ ਦੇ ਨਾਲ, ਆਪਣੀ ਮਿੱਟੀ ਦੇ ਮੋਹ ਦੇ ਨਾਲ ਜੋੜਨ ਦਾ। ਸੋ ਕਿੰਨਾ ਕੁ ਸਫਲ ਹੋਏ ਹਾਂ ਇਹ ਸਾਡੇ ਕੋਲੇ ਲੋਕ ਨੇ ਜਾਂ ਮੀਡੀਆ ਹੈ ਉਹਨਾਂ ਤੁਹਾਨੂੰ ਪਤਾ ਹੀ ਹੈ। ਸੋ ਦੋਸਤੋ, ਜਸਮੇਰ ਸਿੰਘ ਢੱਟ ਜੀ ਜੋ ਕਿ ਆਪਣਾ ਵਿਸ਼ਵ ਪੰਜਾਬਣ ਦਾ ਪ੍ਰੋਗਰਾਮ ਲੈ ਕੇ ਚੱਲਦੇ ਹਨ ਪੂਰੇ ਦੁਨੀਆਂ ਦੇ ਵਿੱਚ, ਸੋ ਇਹਨਾਂ ਦਾ ਇਹੀ ਉਪਰਾਲਾ ਹੈ ਕਿ ਜਿਹੜੀਆਂ ਕੁੜੀਆਂ ਬਾਹਰ, ਨੌਜਵਾਨ ਕੁੜੀਆਂ ਜਾਂ ਮੁੰਡੇ ਆਪਣੇ ਸੱਭਿਆਚਾਰ ਤੋਂ ਦੂਰ ਜਾ ਰਹੇ ਹਨ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਸੋ ਇਹਨਾਂ ਦਾ ਆਪਾਂ ਨੂੰ ਸਪੋਰਟ ਵੀ ਕਰਨੀ ਚਾਹੀਦੀ ਹੈ। ਦੇਖੋ, ਜੇ ਇਹਨਾਂ ਦੇ ਹਿਸਾਬ ਨਾਲ ਇਹਨਾਂ ਨੂੰ ਤੁਸੀਂ ਸੁਝਾਅ ਵੀ ਜ਼ਰੂਰ ਦਿਓ ਕਿ ਜੇ ਤੁਹਾਨੂੰ ਕੋਈ ਚੀਜ਼ ਗਲਤ ਲੱਗਦੀ ਹੈ, ਵਲਗਰ ਲੱਗਦੀ ਹੈ, ਤੁਸੀਂ ਪ੍ਰੋਗਰਾਮ 'ਚ ਜਾ ਕੇ ਕੁਝ ਇਹਨਾਂ ਦੇ ਬਾਰੇ ਗਲਤ ਦੇਖਿਆ ਹੈ, ਤਾਂ ਜ਼ਰੂਰ ਇਹਨਾਂ ਨੂੰ ਤੁਸੀਂ ਅਪਰੋਚ ਕਰੋ ਅਤੇ ਇਹਨਾਂ ਨੂੰ ਈਮੇਲ ਕਰੋ ਜਾਂ ਟੈਲੀਫੋਨ 'ਤੇ ਇਹਨਾਂ ਨਾਲ ਗੱਲ ਕਰੋ ਕਿ ਦੱਸੋ ਕਿ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਇਸ ਚੀਜ਼ 'ਤੇ ਇਤਰਾਜ਼ ਲੱਗਿਆ ਹੈ। ਸੋ ਇਸ ਨਾਲ ਤਾਂ ਕਿ ਇਹਨਾਂ ਨੂੰ ਇੱਕ ਫੀਡਬੈਕ ਮਿਲ ਸਕੇ ਅਤੇ ਇਹ ਉਸ ਵਿੱਚ ਜੇ ਵਾਕਈ ਪ੍ਰੋਗਰਾਮ 'ਚ ਕੋਈ ਕਮੀ ਰਹੀ ਹੋਵੇ ਤਾਂ ਉਸ ਨੂੰ ਅੱਗੇ ਤੋਂ ਇੰਪਰੂਵ ਕਰ ਸਕਣ। ਅਤੇ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਦੋਸਤੋ ਢੱਟ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਹਨ, ਅਤੇ ਅਗਲੀ ਵਾਰ ਵੀ ਅਸੀਂ ਇਹਨਾਂ ਨੂੰ ਜ਼ਰੂਰ ਖੈਰ ਮੁਕਦਮ ਕਰਾਂਗੇ ਇਹਨਾਂ ਦਾ ਇੱਥੇ ਆਉਣ 'ਤੇ। ਬਹੁਤ ਬਹੁਤ ਧੰਨਵਾਦ ਢੱਟ ਸਾਹਿਬ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।